ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਪੀ ਵਿਸ਼ਵਕਰਮਾ ਡੇ ਜੀ ਸਭ ਨੂੰ ਸਾਰਿਆਂ ਦੇ ਕੰਮ ਕਾਰ 'ਚ ਵਾਧਾ ਹੋਵੇ ਸੋ ਇੱਥੇ ਜਸ਼ਨ ਨੇ ਨਾ ਧੂਫਬੱਤੀ ਵਗੈਰਾ ਕਰਤੀ ਸੀਗੀ ਸਾਰੇ ਸਮਾਨ ਵਗੈਰਾ ਨੂੰ ਕੱਚੀ ਲੱਸੀ ਨਾਲ ਪਹਿਲਾਂ ਜਿਨ੍ਹਾਂ 'ਤੇ ਸਿੱਟਾ ਦੇ ਸਕਦੇ ਸੀ ਉਹਨਾਂ 'ਤੇ ਸਿੱਟਾ ਦਿੱਤਾ ਬਾਕੀ ਸਾਰੇ ਧੋ ਕੇ ਇੱਥੇ ਜਸ਼ਨ ਨੇ ਸਮਾਨ ਵਗੈਰਾ ਰੱਖਤਾ ਸੀਗਾ ਸੋ ਫਿਰ ਇਹਨੇ ਧੂਫਬੱਤੀ ਕੀਤੀ ਸੋ ਅਰਦਾਸ ਵੀ ਕੀਤੀ ਵੀ ਕੰਮ ਕਾਰ 'ਚ ਵਾਧਾ ਹੋਵੇ ਚੰਗਾ ਕੰਮ ਕਾਰ ਚੱਲੇ ਤੰਦਰੁਸਤੀ ਹੋਵੇ ਸੋ ਉਸ ਤੋਂ ਬਾਅਦ ਅਸੀਂ ਦੋਨਾਂ ਨੇ ਮਿਲ ਕੇ ਪੂੜੀਆਂ ਬਣਾਈਆਂ ਪੂੜੀਆਂ ਬਣਾਈਆਂ ਕਿਉਂਕਿ ਰਾਤ ਵਾਲੀ ਸਬਜ਼ੀ ਪਈ ਸੀ ਕਿਉਂ ਦਿਵਾਲੀ 'ਤੇ ਅਸੀਂ ਬਣਾਏ ਸੀਗੇ ਚਣੇ ਆ ਅਤੇ ਪਨੀਰ ਪਾ ਕੇ ਬਣਾਇਆ ਸੀ ਥੋੜ੍ਹੀ ਜਿਹੀ ਸਬਜ਼ੀ ਪਈ ਸੀ ਅਸੀਂ ਉਹਦੇ ਨਾਲ ਹੀ ਦੁਬਾਰਾ ਪੂੜੀਆਂ ਬਣਾ ਲਈਆਂ ਸੀਗੀਆਂ ਫਿਰ ਜਸ਼ਨ ਵੀ ਕਹਿੰਦਾ ਵੀ ਪੂੜੀਆਂ ਖਾਣੀਆਂ ਸੋ ਇਸ ਵਜ੍ਹਾ ਕਰਕੇ ਅਸੀਂ ਪੂੜੀਆਂ ਹੀ ਬਣਾ ਲਈਆਂ ਥੋੜ੍ਹਾ ਜਿਹਾ ਆਟਾ ਪਿਆ ਸੀਗਾ ਮੈਨੂੰ ਲੱਗਾ ਕਿ ਤੂੰ ਸਰ ਜੂਗਾ ਪਰ ਫਿਰ ਘੱਟ ਗਿਆ ਆਟਾ ਸਾਰਿਆਂ ਨੂੰ ਮੇਰੇ ਵੱਲੋਂ ਅਤੇ ਮੇਰੇ ਪਰਿਵਾਰ ਵੱਲੋਂ ਹੈਪੀ ਵਿਸ਼ਵਕਰਮਾ ਡੇ ਸੋ ਅੱਜ ਆਪਾਂ ਪੂੜੀਆਂ ਬਣਾ ਰਹੇ ਹਾਂਗੇ ਰਾਤ ਵਾਲੀ ਸਬਜ਼ੀ ਪਈ ਸੀਗੀ ਸਾਡੇ ਅਸੀਂ ਉਹਦੇ ਨਾਲ ਖਾਵਾਂਗੇ ਪੂੜੀਆਂ ਹੈ ਨਾ ਜੀ ਥੋੜ੍ਹੀ ਜਿਹੀ ਪਈ ਸੀਗੀ ਪੂੜੀਆਂ ਬਣਾਵਾਂਗੇ ਜਸ਼ਨ ਤੂੰ ਪੂਜਾ ਕਰਤੀ ਪਰ ਅੱਜ ਨਾ ਵਿਸ਼ਵਕਰਮਾ ਡੇ 12 ਵਜੇ ਤੋਂ ਬਾਹਰ ਹੈਗਾ ਕਿਉਂਕਿ ਅੱਜ ਵੀ ਦਿਵਾਲੀ ਹੈ ਨਾ 1 ਤਰੀਕ ਅੱਜ ਅਸੀਂ ਕੱਲ੍ਹ ਦਿਵਾਲੀ ਮਨਾਈ ਆ ਅੱਜ 12 ਵਜੇ ਤੋਂ ਬਾਅਦ ਫਿਰ ਵਿਸ਼ਵਕਰਮਾ ਡੇ ਅੱਗੇ ਲੋਕਾਂ ਨੂੰ ਦਿਵਾਲੀਆਂ ਦਾ ਚਾਅ ਹੁੰਦਾ ਸੀਗਾ ਬਈ ਦਿਵਾਲੀ ਅੱਜ ਅਤੇ ਇਸ ਵਾਰ ਸਾਰਿਆਂ ਨੂੰ ਵਹਿਮ ਦਿਵਾਲੀ 1 ਤਰੀਕ ਕਿ 31 ਤਰੀਕ ਜਸ਼ਨ ਨੇ ਗੁੰਨਿਆ ਆਟਾ ਆਪਣਾ ਦੇਖੋ ਇੰਨਾ ਸੋਹਣਾ ਆਟਾ ਗੁੰਨਿਆ ਜਸ਼ਨ ਜਦੋਂ ਤੁਸੀਂ ਬਣਾਉਣ ਲੱਗ ਜਾਂਦੇ ਹੋ ਨਾ ਚੀਜ਼ ਨੂੰ ਫਿਰ ਨਹੀਂ ਟਾਈਮ ਲੱਗਦਾ ਪਹਿਲਾਂ ਹੀ ਲੱਗਦਾ ਹੁੰਦਾ ਵੀ ਪਤਾ ਨਹੀਂ ਕੀ ਬਹਾਰ ਪੱਟਣਾ ਪਰ ਜਦੋਂ ਆਪਾਂ ਚੀਜ਼ ਬਣਾਉਣ ਲੱਗ ਜਾਂਦੇ ਹਾਂ ਫਿਰ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਬਈ ਆਟਾ ਥੋੜ੍ਹਾ ਜਿਹਾ ਜ਼ਿਆਦਾ ਪਾ ਲਿਓ ਮੈਦੇ ਦੇ ਵਿੱਚ ਜੇ ਆਪਾਂ ਇਕੱਲੇ ਮੈਦੇ ਦੀ ਬਣਾਉਂਦੇ ਹਾਂ ਨਾ ਉਹ ਬਾਹਲੀ ਬਣਦੇ ਮਤਲਬ ਹਾਰਡ ਜਿਹੀ ਬਣ ਜਾਂਦੀ ਹੈ ਪੂੜੀ ਤਾਂ ਕਰਕੇ ਨਾ ਉਹਨਾਂ ਨੇ ਉਹ ਕਰਤਾ ਜ਼ਿਆਦਾ ਮੈਦਾ ਗੁੰਨਤਾ ਮੈਂ ਕਿਹਾ ਜਦੋਂ ਮੈਦਾ ਤੁਸੀਂ ਹੋਰ ਕੰਮ ਆ ਜਾਂਦਾ ਉਹਨਾਂ ਨੇ ਬਾਹਲਾ ਜ਼ਿਆਦਾ ਮੈਦਾ ਗੁੰਨਤਾ ਤਾਂ ਕਰਕੇ ਇੰਨੀ ਜ਼ਿਆਦਾ ਹਾਰਡ ਪੂੜੀਆਂ ਬਣੀਆਂ ਰਾਤ ਤਾਂ ਮਸਲੀ ਖਾਧੀਆਂ ਹੋਈਆਂ ਚਲੋ ਮੈਂ ਤਾਂ ਖਾ ਲਈਆਂ ਮਤਲਬ ਬਾਕੀਆਂ ਨੇ ਕਿਵੇਂ ਖਾਧੀਆਂ ਹੋਣਗੀਆਂ ਉਹ ਗੱਲ ਕਰਦੇ ਰਾਤ ਮੰਮੀ ਨੇ ਬਣਾਈਆਂ ਸੀ ਪੂੜੀਆਂ ਅਸੀਂ ਚਲੇ ਗਏ ਸੀਗੇ ਮੱਥਾ ਟੇਕਣ ਗੁਰਦੁਆਰਾ ਸਾਹਿਬ ਬਾਕੀ ਹੋਰ ਜਗ੍ਹਾ ਤੋਂ ਆਪਣੀ ਜਿੱਥੇ ਵੀ ਅਸੀਂ ਦੀਵੇ ਲਾਉਣੇ ਬਸ ਇਸ ਤਰ੍ਹਾਂ ਆਪਾਂ ਪੂੜੀਆਂ ਵਗੈਰਾ ਬਣਾਈਆਂ ਵਿਸ਼ਵਕਰਮਾ ਜੀ ਦੀ ਪੂਜਾ ਕੀਤੀ ਸੋ ਇੱਦਾਂ ਦਿਨ ਇੰਜੋਏ ਕੀਤਾ ਇਸ ਤਰ੍ਹਾਂ ਸੋਹਣੇ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਜੀ